ਫਲਾਈਓਵਰ ਤੇ ਲਟਕੀ ਬੱਚਿਆਂ ਦੀ ਸਕੂਲ ਬੱਸ, ਆ ਦੇਖੋ ਕਿਵੇਂ ਹੋ ਗਿਆ ਬੱਸ ਨਾਲ ਵੱਡਾ ਹਾਦਸਾ। ਤਾਂ ਦੱਸ ਦੇ ਕਿ ਬੱਚਿਆਂ ਦੀ ਇੱਕ ਸਕੂਲ ਬੱਸ ਫਲਾਈਓਵਰ ਤੇ ਲਟਕ ਗਈ ਹੈ ਤਾਂ ਵੱਡਾ ਹਾਦਸਾ ਹੋਇਆ। ਮਿਲੀ ਜਾਣਕਾਰੀ ਅਨੁਸਾਰ ਬੱਸ ਦਾ ਸੰਤੁਲਨ ਵਿਗੜ ਗਿਆ ਸੀ ਜਿਸ ਕਾਰਨ ਇਹ ਡਿਵਾਈਡਰ ਤੇ ਚੜ ਜਾਂਦੀ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਹੋਇਆ। ਤਾਂ ਤੁਹਾਨੂੰ ਦੱਸ ਦਈਏ ਕਿ ਬੱਸ ਦੇ ਵਿੱਚੋਂ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਤਾਂ ਦੱਸ ਦੇ ਕਿ ਹਾਦਸੇ ਤੋਂ ਬਾਅਦ ਸੜਕ ਤੇ ਵੱਡਾ ਜਾਮ ਲੱਗ ਜਾਂਦਾ ਹੈ ਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬੱਚਿਆਂ ਦੀ ਇਸ ਸਕੂਲ ਬੱਸ ਦੇ ਨਾਲ ਵੱਡਾ ਹਾਦਸਾ ਹੋਇਆ। ਤਾਂ ਵੇਖ ਸਕਦੇ ਹੋ ਕਿ ਜਦੋਂ ਹੀ ਬੱਸ ਇਸ ਫਲਾਈਓਵਰ ਤੇ ਚੜ੍ਹਦੀ ਹੈ ਤਾਂ ਇਸਦਾ ਸੰਤੁਲਨ ਵਿਗੜਿਆ ਤੇ ਫਿਰ ਇਹ ਡਿਵਾਈਡਰ ਤੇ ਲਟਕ ਜਾਂਦੀ ਹੈ। ਤਾਂ ਹੇਠਾਂ ਤੋਂ ਕਈ ਵਾਹਨ ਵੀ ਲੰਘ ਰਹੇ ਸੀ ਤਾਂ ਉਹ ਵੀ ਬਾਲ ਬਾਲ ਬਚਦੇ ਨੇ। ਤਾਂ ਡਰਾਈਵਰ ਦੇ ਵੱਲੋਂ ਵੀ ਛਾਲ ਮਾਰ ਕੇ ਆਪਣੀ ਜਾਨ ਬਚਾਈ ਜਾਂਦੀ ਹੈ। ਤੇ ਗਨੀਮਤ ਰਹੀ ਕਿ ਬੱਸ ਦੇ ਵਿੱਚ ਕੋਈ ਵੀ ਬੱਚਾ ਨਹੀਂ ਬੈਠਿਆ ਸੀ। ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ ਜਾਮ ਨੂੰ ਖੁਲਵਾਇਆ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਨੋਇਡਾ ਦੇ ਵਿੱਚ ਹੋਇਆ ਜਿੱਥੇ ਬੱਚਿਆਂ ਦੀ ਸਕੂਲ ਬੱਸ ਸੀ ਜਿਸ ਦੇ ਵਿੱਚ ਇਕੱਲਾ ਡਰਾਈਵਰ ਹੀ ਸਵਾਰ ਸੀ। ਤਾਂ ਜਦ ਇਹ ਜਾ ਰਿਹਾ ਹੁੰਦਾ ਹੈ ਤਾਂ ਬੱਸ ਦਾ ਸੰਤੁਲਨ ਵਿਗੜਦਾ ਹੈ। ਤਾਂ ਜਿਵੇਂ ਹੀ ਇਹ ਫਲਾਈਓਵਰ ਤੇ ਚੜ੍ਹਦੀ ਹੈ ਤਾਂ ਇਹ ਆਪਣਾ ਸੰਤੁਲਨ ਖੋ ਕੇ ਡਿਵਾਈਡਰ ਦੇ ਉੱਤੇ ਚੜ੍ਹ ਜਾਂਦੀ ਹੈ ਜਿਸ ਕਾਰਨ ਬਾਲ ਬਾਲ ਵੱਡੇ ਹਾਦਸੇ ਤੋਂ ਬਚਾ ਰਹਿੰਦਾ ਹੈ ਤੇ ਡਰਾਈਵਰ ਵੀ ਛਾਲ ਮਾਰ ਕੇ ਆਪਣੀ ਜਾਨ ਬਚਾਉਂਦਾ ਹੈ।